ਸਬਸਕ੍ਰਾਈਬ ਕਰੋ ਖਦਰਾ ਐਲ ਐਸ ਆਈ ਦੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜਰੂਰ ਦਬੋ ਹਾਂਜੀ ਅੱਜ ਅਸ ਤੁਹਾਨੂੰ ਦੱਸਾਂਗੇ ਕਿ 1 ਮਿਲੀਅਨ ਦੇ ਵਿੱਚ ਕਿੰਨੇ ਦੀ ਗਿਣਤੀ ਹੁੰਦੀ ਹੈ ਜਾਂ ਕਿੰਨੇ ਰੁਪਏ ਹੁੰਦੇ ਹਨ 100 ਕੇ ਦੇ ਵੀ ਕਿੰਨੀ ਗਿਣਤੀ ਹੁੰਦੀ ਹੈ 100 ਕੇ ਚ ਕਿੰਨੇ ਰੁਪਏ ਹੁੰਦੇ ਹਨ ਇੱਕ ਅਰਬ ਵਿੱਚ ਕਿੰਨੇ ਮਿਲੀਅਨ ਹੁੰਦੇ ਆ ਤੇ ਇੱਕ ਅਰਬ ਵਿੱਚ ਕਿੰਨੇ ਕਰੋੜ ਹੁੰਦੇ ਆ ਇਹ ਆਮ ਜਾਣਕਾਰੀ ਹੈ ਜੀ ਪੰਜਾਬੀ ਦੇ ਵਿੱਚ ਆਮ ਜੀਆਂ ਗੱਲਾਂ ਨੇ ਜਿਵੇਂ ਕਿ YouTube ਤੇ ਆਪਾਂ ਕੋਈ ਵੀਡੀਓ ਦੇਖਦੇ ਆ ਉਹਦੇ ਉੱਤੇ ਕੇ ਲਿਖਿਆ ਹੁੰਦਾ ਹੈ ਕਿ ਐਨੇ ਕੇ 1K 2K ਆਰਾ ਵਗੈਰਾ ਤਾਂ ਉਹ ਅਸੀਂ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਦੱਸਾਂਗੇ ਹਾਂਜੀ ਜਿਵੇਂ ਤੁਸੀਂ ਆ ਫੋਟੋ ਜੀ ਦੇਖ ਰਹੇ ਹੋਗੇ ਆਪਣੀ ਇੱਕ ਵੀਡੀਓ ਆ 177K ਵਿਊਜ਼ ਲਿਖਿਆ ਦੇ ਕਿ 177K ਲੋਕਾਂ ਨੇ ਦੇਖਿਆ ਹੁਣ 177K ਕੀ ਹੋਇਆ K ਦਾ ਮਤਲਬ ਹੁੰਦਾ ਜੀ 1000 ਪਾਵੇ ਹੈ 171000 ਲੋਕਾਂ ਨੇ ਦੇਖੀ ਹੈ ਪਾਵੇ 1 ਲੱਖ 71000 ਲੋਕ ਨੇ ਵੀਡੀਓ ਦੇਖੀ ਹੈ ਤਾਂ ਕੇ ਦਾ ਮਤਲਬ ਹਜ਼ਾਰ ਹੁੰਦਾ ਜੀ ਤੇ ਜਿਵੇਂ ਆਪਾਂ ਵੀਡੀਓ ਤੇ YouTube ਤੇ ਹੋਰ ਵੀ ਦੇਖਦੇ ਹਾਂ ਕਿ 1k 2k 10k 300k 400k ਇਸ ਤਰ੍ਹਾਂ ਲਿਖਿਆ ਹੁੰਦਾ ਉਹ ਇਸ ਕੇ ਦਾ ਮਤਲਬ ਹੁੰਦਾ ਜੀ ਕੇ ਦਾ ਮਤਲਬ ਹਜ਼ਾਰ ਸਭ ਤੋਂ ਪਹਿਲਾਂ ਆਪਾਂ ਦੇਖਣਾ ਹੋਵੇਗਾ ਕਿ 1k 2k 100k ਕੀ ਹੁੰਦਾ ਹੈ ਕਿ ਕੇ ਦਾ ਕੀ ਮਤਲਬ ਹੈ ਕੇ ਦਾ ਮਤਲਬ ਹੁੰਦਾ ਜੀ ਕਿ ਇੰਗਲਿਸ਼ ਵਰਡ ਤੋਂ ਲਿਆ ਗਿਆ ਹੈ ਕੇ ਦਾ ਮਤਲਬ ਹੈ ਕਿਲੋ ਕਿਲੋ ਦਾ ਮਤਲਬ ਹੈ 1000 ਜਿਵੇਂ ਕਿ ਅਪਾ ਦੇਖਦੇ ਕਿਲੋ ਚ ਕਿੰਨੇ ਗ੍ਰਾਮ ਹੁੰਦੇ ਆ 1000 ਤਾਂ ਕਿਲੋ ਦਾ ਮਤਲਬ ਹੈ 1000 ਤਾਂ 1 ਕੇ ਦਾ ਮਤਲਬ ਹੋਇਆ 1000 ਜੇ 2 ਕੇ ਹੈ ਕਿਲੋ ਦਾ ਸ਼ਾਰਟ ਕੇ ਲਿਖਿਆ ਜਾਂਦਾ ਜੇ 2 ਕੇ ਹੈ ਤਾਂ 2000 400 ਕੇ ਹੈ ਤਾਂ 4000 ਤੇ ਕੇ ਦਾ ਮਤਲਬ ਹਜ਼ਾਰ ਹੈ 2K 2100K ਹੈ ਤਾਂ ਉਹਦਾ ਮਤਲਬ ਕੀ ਬਣਦਾ 1 ਲੱਖ 99K ਹੈ 99000 ਕਿਤਾ K ਦਾ ਮਤਲਬ ਹੈ ਹਜ਼ਾਰ ਹੁਣ 999K ਤੋਂ ਬਾਅਦ ਕੀ ਆਊਗਾ ਜਿਵੇਂ ਕਿ ਜਦੋਂ 1000K ਹੋ ਗਿਆ 1000K ਭਾਵ ਜਿਵੇਂ 999K ਤੋਂ ਬਾਅਦ ਆ 9 ਲੱਖ 99000 ਹੋ ਗਿਆ 999K ਦਾ ਤਾਂ ਉਸ ਤੋਂ ਬਾਅਦ ਕੀ ਆਊਗਾ 1 ਮਿਲੀਅਨ ਭਾਵ 10 ਲੱਖ 1 ਮਿਲੀਅਨ ਦੇ ਵਿੱਚ 10 ਲੱਖ ਦੀ ਗਿਣਤੀ ਹੁੰਦੀ ਹੈ ਜੀ ਆਪਾਂ ਜਿਵੇਂ YouTube ਤੇ ਦੇਖਦੇ ਆ ਇੱਕ ਮਿਲੀਅਨ ਵਿਊ ਹੋ ਗਏ ਲੋਕ ਕਹਿੰਦੇ ਵੀ ਸਾਡੇ ਇੰਨੇ ਮਿਲੀਅਨ ਵਿਊ ਹੋ ਗਏ ਤਾਂ ਉਹ ਮਿਲੀਅਨ ਦਾ ਭਾਵ ਹੁੰਦਾ 10 ਲੱਖ ਹੁਣ ਪੰਜਾਬ ਦੀ ਸਾਰੀ ਜਨਸੰਖਿਆ ਲਗਭਗ ਤਾਂ ਜੀ ਪੰਜਾਬ ਦੀ ਸਾਰੀ ਜਨਸੰਖਿਆ ਕਿੰਨੀ ਹੈ 27.7 ਮਿਲੀਅਨ ਆ 2011 ਦੀ ਜਨਗਣਨਾ ਅਨੁਸਾਰ ਆਪਾਂ ਮੰਨ ਲੈਨੇ ਆ ਕਿ 30 ਮਿਲੀਅਨ ਪੰਜਾਬ ਦੀ ਜਨਸੰਖਿਆ ਹੈਗੀ ਤਾਂ ਤੁਸੀਂ ਦੇਖੋ YouTube ਤੇ ਪੰਜਾਬੀ ਸਿੰਗਰਾਂ ਦੇ ਵਿਊ ਹੁੰਦੇ ਆ 100 ਮਿਲੀਅਨ, 150 ਮਿਲੀਅਨ, 250 ਮਿਲੀਅਨ ਤੇ ਫਿਰ ਇਹ ਕਿਵੇਂ ਆਉਂਦੇ ਨੇ ਇਹ ਨਹੀਂ ਪਤਾ ਲੱਗਦਾ ਤੇ ਮੰਨ ਲਓ 30 ਮਿਲੀਅਨ ਚੋਂ ਪੰਜਾਬ ਚੋਂ ਜੇ ਆਪਾਂ ਹਰੇਕ ਘਰੇ 5 ਜਣੇ ਵੀ ਲਾਗੇ 4 ਤਾਂ ਕਿਸੇ ਘਰ ਚ ਦੋ ਮੋਬਾਈਲ ਲਾ ਲਓ, ਤਿੰਨ ਲਾ ਲਓ। ਮੰਨ ਲਓ ਆਪਾਂ 20 ਮਿਲੀਅਨ ਮੋਬਾਈਲ ਹੋ ਗਏ। 20 ਮਿਲੀਅਨ ਦੇ ਵਿੱਚੋਂ ਲਾ ਲਓ 18 ਜਾਂ 20 ਮਿਲੀਅਨ ਹੀ ਤੁਸੀਂ ਲਾ ਲਓ ਵੀ YouTube ਯੂਜ਼ ਕਰਦੇ ਆ। ਫਿਰ ਉਹ ਜੇ ਸਾਰੇ ਉਹੀ ਵੀਡੀਓ ਦੇਖਣਗੇ ਸੇਮ ਤਾਂ 20 ਮਿਲੀਅਨ ਵਿਊ ਬਣਦੀ ਐ ਕੋਈ ਦੋ ਵਾਰੀ ਦੇਖ ਲੂ ਤਾਂ 40 ਮਿਲੀਅਨ ਵਿਊ ਵੱਧ ਤੋਂ ਵੱਧ 50 ਮਿਲੀਅਨ ਵਿਊ ਵੀ ਨਹੀਂ ਬਣ ਸਕਦੇ ਤਾਂ ਪਤਾ ਨਹੀਂ ਇਹ ਕੀ ਸਿਸਟਮ ਹੈ ਵੀ ਸਿੰਗਰਾਂ ਦੇ ਪੰਜਾਬੀਆਂ ਦੇ 100 100 150 ਮਿਲੀਅਨ ਵਿਊ ਹੋ ਜਾਂਦੇ ਚਲੋ ਮੰਨਦੇ ਆ ਕਿ ਹੋਰ ਵੀ ਦੇਖਦੇ ਨੇ ਬਹੁਤ ਸਾਰੇ ਹਰਿਆਣੇ ਚ ਹੋਗੇ ਦਿੱਲੀ ਪੰਜਾਬੀ ਸਾਰੇ ਪਿੰਦੇਸ਼ ਚ ਹੀ ਵਸਦੇ ਆ ਹੋਰ ਫੋਰਨ ਕੰਟਰੀਆਂ ਚ ਵੀ ਤੇ ਪਰ ਵੀ ਬਹੁਤ ਜ਼ਿਆਦਾ ਵਿਊ ਹੁੰਦੇ ਨੇ ਇਸ ਤਰ੍ਹਾਂ ਇਹ ਮਿਲੀਅਨ ਦਾ ਚੱਕਰ ਪੈਂਦਾ ਜੀ YouTube ਤੇ ਵੀ ਬਹੁਤ ਮਿਲੀਅਨ ਵਿਊ ਹੁੰਦੇ ਹੁਣ ਪੰਜਾਬ ਦੀ ਸਾਰੀ ਜਨਸੰਖਿਆ 27 ਮਿਲੀਅਨ ਹੈ ਉਹਦੇ ਵਿੱਚ ਬੱਚੇ ਆ ਗਏ ਬੁੱਢੇ ਆ ਗਏ ਉਹਦੇ ਵਿੱਚੋ ਮੋਬਾਈਲਾਂ ਵਾਲੇ 15 12 ਮਿਲੀਅਨ ਹੋਣਗੇ ਤਾਂ ਦੇਖ ਲਓ ਤੁਸੀਂ ਕਿ ਕੀ ਹਿਸਾਬ ਕਿਤਾਬ ਇਹਨਾਂ ਦਾ ਬਹੁਤ ਬੁਰਾ ਹਾਲ ਹੈ ਮਿਲੀਅਨ ਦਾ ਪਰ ਚਲੋ ਅੱਜ ਆਪਣਾ ਇਹ ਟੌਪਿਕ ਨਹੀਂ ਆਪਾਂ ਜੋ ਜਾਣਕਾਰੀ ਤੁਹਾਨੂੰ ਦੇ ਰਿਹਾ ਕਿ 1 ਮਿਲੀਅਨ ਭਾਵ 10 ਲੱਖ ਹੁੰਦੇ ਨੇ ਤਾਂ ਅੱਗੇ ਅਸੀਂ ਤੁਹਾਨੂੰ ਦੱਸਦੇ ਹਾਂ ਹੋਰ ਵੀ ਕਿ ਜੋ ਅਸੀਂ ਤੁਹਾਨੂੰ ਥੰਬਨੇਲ 'ਚ ਦਿਖਾਇਆ ਹੈਗਾ ਕਿ 1 ਬਿਲੀਅਨ 1 ਬਿਲੀਅਨ ਭਾਵ 1 ਅਰਬ 1 ਅਰਬ ਵਿੱਚ ਜੀ 100 ਕਰੋੜ ਹੁੰਦਾ 1 ਅਰਬ ਦੇ ਵਿੱਚ 1000 ਮਿਲੀਅਨ 1000 ਮਿਲੀਅਨ ਦਾ ਮਤਲਬ 100 ਕਰੋੜ 100 ਕਰੋੜ ਰੁਪਇਆ ਹੁੰਦਾ 1 ਅਰਬ ਜਿਹਨੂੰ 1 ਬਿਲੀਅਨ ਵੀ ਕਿਹਾ ਜਾਂਦਾ ਉਹਨੂੰ ਪੰਜਾਬੀ ਹਿੰਦੀ 'ਚ 1 ਅਰਬ ਕਹਿੰਦੇ ਨੇ ਉਹਦੇ ਵਿੱਚ 100 ਕਰੋੜ ਹੁੰਦਾ ਜੀ ਇੱਕ ਬਿਲੀਅਨ ਦੇ ਵਿੱਚ ਤੇ 1000 ਮਿਲੀਅਨ ਹੁੰਦਾ ਇੱਕ ਬਿਲੀਅਨ ਦੇ ਵਿੱਚ ਭਾਵ ਇੱਕ ਅਰਬ ਦੇ ਵਿੱਚ 1000 ਮਿਲੀਅਨ ਹੁੰਦਾ ਤਾਂ ਜੇ ਇਹ ਸਾਰੀ ਤੁਸੀਂ ਜਾਣਕਾਰੀ ਨੋਟ ਕਰ ਸਕਦੇ ਹੋ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਫਿਰ ਤੁਸੀਂ ਕਰਨਾ ਲਾਈਕ ਕਰਨਾ ਤੇ ਕਮੈਂਟ ਚ ਤੁਸੀਂ ਲਿਖ ਸਕਦੇ ਹੋ ਕੁਝ ਵੀ ਲਿਖਣਾ ਤੁਹਾਡਾ ਕੋਈ ਸੁਝਾਅ ਹੈ ਜਾਂ ਕੋਈ ਇਸ ਵੀਡੀਓ ਦੇ ਵਿੱਚ ਗਲਤੀ ਹੈ ਉਹ ਤੁਸੀਂ ਕਮੈਂਟ ਕਰ ਸਕਦੇ ਹੋ ਜਾਂ ਜਾਂ ਅਸੀਂ ਕੋਈ ਹੋਰ ਕਿਹੜੀ ਵੀਡੀਓ ਪਾਈਏ ਕਿਸ ਟੌਪਿਕ ਤੇ ਵੀਡੀਓ ਪਾਈਏ ਇਹ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਨੂੰ ਲਾਈਕ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਪਹਿਲਾਂ ਤੁਸੀਂ ਕੋਈ ਵੀਡੀਓ ਨਹੀਂ ਦੇਖੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇੱਥੇ ਲਗਭਗ 255 ਵੀਡੀਓ ਇਸ ਤੋਂ ਪਹਿਲਾਂ ਅਸੀਂ ਅਪਲੋਡ ਕਰ ਚੁੱਕੇ ਹਾਂ ਉਹਨਾਂ ਵੀਡੀਓਜ਼ ਨੂੰ ਜੇ ਤੁਸੀਂ ਕੈਟਾਗਰੀ ਦੇ ਹਿਸਾਬ ਨਾਲ ਦੇਖਣਾ ਤਾਂ ਸਾਡੇ ਚੈਨਲ ਤੇ ਪਲੇਲਿਸਟਾਂ ਬਣੀਆਂ ਹੋਈਆਂ ਨੇ ਅਲੱਗ-ਅਲੱਗ ਤੁਸੀਂ ਉਹਨਾਂ ਦੇ ਦੇਖ ਸਕਦੇ ਹੋ ਅਗਲੀ ਵੀਡੀਓ ਵਿੱਚ ਇਸ ਤੁਹਾਨੂੰ ਦੱਸਾਂਗੇ ਕਿ ਦੁਨੀਆ ਦੇ ਵਿੱਚ ਸਭ ਤੋਂ ਵੱਧ ਪੈਸਾ ਕਿਹੜੇ 10 ਲੋਕਾਂ ਕੋਲੇ ਆ ਕਿੰਨੇ ਮਿਲੀਅਨ ਕਿੰਨੇ ਬਿਲੀਅਨ ਕਿੰਨੇ ਅਰਬ ਖਰਬ ਕੀ ਆ ਉਹ ਤੇ ਉਸ ਤੋਂ ਅਗਲੀ ਵੀਡੀਓ ਭਾਰਤ ਦੇ ਸਭ ਤੋਂ ਅਮੀਰ ਲੋਕਾਂ ਦੀ 10 ਦੀ ਹੋਊਗੀ ਫਿਰ ਪੰਜਾਬ ਦੇ ਫਿਰ ਸਟੇਟਾਂ ਦੇ ਹਿਸਾਬ ਨਾਲ ਧੰਨਵਾਦ ਧੰਨਵਾਦ ਜੀ ਵੀਡੀਓ ਪੂਰੀ ਦੇਖਣ ਲਈ